ਜਸਵੀਰ ਗੁਣਾਚੌਰੀਆ ਜਿਹੜਾ ਪੰਜਾਬੀ ਗੀਤਕਾਰੀ ਵਿੱਚ ਪਿਛਲੇ ਕਰੀਬ 2.5 ਦਹਾਕਿਆਂ ਤੋਂ ਸਰਗਰਮ ਹੈ ਜਿਹਨੇ ਬਹੁਤ ਵਧੀਆ ਗੀਤ ਲਿਖੇ ਅਤੇ ਜਿਹਦੇ ਲਿਖੇ ਗੀਤ ਪੰਜਾਬੀ ਦੇ ਨਾਮਵਰ ਗਾਇਕਾਂ ਨੇ ਚੋਟੀ ਦੇ ਗਾਇਕਾਂ ਨੇ ਰਿਕਾਰਡ ਕਰਵਾਏ ਅਤੇ ਉਹ ਪੂਰੀ ਦੁਨੀਆ 'ਚ ਮਕਬੂਲ ਹੋਏ ਅਤੇ ਪੰਜਾਬੀ ਜਗਤ ਵਿੱਚ ਉਹਨਾਂ ਨੂੰ ਭਰਮਾ ਹੁੰਗਾਰਾ ਮਿਲਿਆ ਅਤੇ ਹੁਣ ਜਸਵੀਰ ਗੁਣਾਚੌਰੀਆ ਸਾਡੇ ਛੋਟੇ ਵੀਰ ਵੱਲੋਂ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਇੱਕ ਇਹਨਾਂ ਦੀਆਂ ਲਿਖੀਆਂ ਰਚਨਾਵਾਂ ਦੀ ਕਿਤਾਬ ਇਹਨਾਂ ਨੇ ਤਿਆਰ ਕੀਤੀ ਹੈ ਜਿਹਦਾ ਸਿਰਲੇਖ ਹੈ ਕਿ ਹੱਸ ਕੇ ਸ਼ਹੀਦੀਆਂ ਪਾ ਗਿਆ ਇਸ ਕਿਤਾਬ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਰਚਨਾਵਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਹੋਰ ਸਿੱਖ ਕੌਮ ਦੇ ਸੂਰਬੀਰਾਂ ਯੋਧਿਆਂ ਬਹਾਦਰਾਂ ਦੇ ਪ੍ਰਸੰਗ ਜਿਨ੍ਹਾਂ ਨੇ ਵੱਖ ਵੱਖ ਸਮੇਂ 'ਤੇ ਆਪਣੀ ਸਰਜ਼ਮੀਨ ਲਈ ਕੁਰਬਾਨੀਆਂ ਦਿੱਤੀਆਂ ਆਪਣੀ ਜਾਨ ਤਲੀ 'ਤੇ ਰੱਖ ਕੇ ਮੈਦਾਨੇ ਜੰਗ ਵਿੱਚ ਜੂਝੇ ਅਤੇ ਇਸ ਤਰ੍ਹਾਂ ਦੇ ਸਾਰੇ ਜੋ ਵੀ ਗੌਰਵਮਈ ਵਿਰਸਾ ਪੰਜਾਬ ਦਾ ਉਹਦਾ ਬਿਆਨ ਕੀਤਾ ਇਹਨਾਂ ਨੇ ਅਤੇ ਇਸ ਕਿਤਾਬ ਨੂੰ ਰਿਲੀਜ਼ ਕਰਨ ਜਾ ਰਹੇ ਨੇ ਇਹ ਐਡਮਿੰਟਨ ਸ਼ਹਿਰ ਵਿੱਚ ਇਹਨਾਂ ਦਿਨਾਂ 'ਚ ਇਹਦਾ ਸਮਾਰੋਹ ਹੋਣ ਜਾ ਰਿਹਾ ਅਤੇ ਜਿਹੜੇ ਵੀਰ ਇਸ ਫੰਕਸ਼ਨ ਨਾਲ ਜੁੜੇ ਨੇ ਜਿਨ੍ਹਾਂ ਨੇ ਸਾਰਾ ਔਰਗਨਾਈਜ਼ ਕੀਤਾ ਉਹਨਾਂ ਨੂੰ ਅਤੇ ਜਸਵੀਰ ਭਾਅ ਨੂੰ ਮੈਂ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਇਸ ਚੰਗੇ ਉਪਰਾਲੇ ਲਈ ਅਤੇ ਉਮੀਦ ਕਰਦਾ ਕਿ ਜਸਵੀਰ ਪੰਜਾਬੀ ਗੀਤਕਾਰੀ ਵਿੱਚ ਪੰਜਾਬੀ ਆਦਰ ਵਿੱਚ ਸਰਗਰਮ ਰਹੇਗਾ ਅਤੇ ਹੋਰ ਅੱਛੇ ਅੱਛੇ ਗੀਤ ਲਿਖੇਗਾ ਅੱਛੀਆਂ ਅੱਛੀਆਂ ਰਚਨਾਵਾਂ ਦਏਗਾ ਤਾਂ ਕਿ ਪੰਜਾਬੀ ਅਦਬ ਦੀ ਖੂਬਸੂਰਤੀ 'ਚ ਹੋਰ ਵਾਧਾ ਹੋ ਸਕੇ ਅਤੇ ਅਖੀਰ 'ਤੇ ਕਹਿਣਾ ਚਾਹੂੰਗਾ ਕਿ ਅੱਲਾ ਕਰੇ ਜ਼ੋਰੇ ਕਲਮ ਔਰ ਜ਼ਿਆਦਾ।